ਕੁੜੀ ਦੇ ਭਰਾ ਨੇ ਘਰ ਵੜ ਕੇ ਆਪਣਾ ਜੀਜਾ ਹੀ ਕੁੱਟ ਦਿੱਤਾ, ਜਿਸ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ। ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗਲੀ ਦੇ ਵਿੱਚ ਮਾਹੌਲ ਤਣਾਅਪੂਰਨ ਬਣਦਾ ਨਜ਼ਰ ਆਉਂਦਾ ਹੈ। ਇੱਕ ਦੂਜੇ ਦੀ ਕੁੱਟਮਾਰ ਕੀਤੀ ਜਾਂਦੀ ਹੈ, ਤੇਜ਼ ਧਾਰ ਹਥਿਆਰਾਂ ਨਾਲ ਇੱਕ ਦੂਜੇ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਕੁੜੀ ਦੇ ਪਤੀ ਅਤੇ ਉਸਦੇ ਸਹੁਰੇ ਨੂੰ ਉਸਦੇ ਪੇਕੇ ਪਰਿਵਾਰ ਵੱਲੋਂ ਕੁੱਟ ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਸਿਰ ਤੱਕ ਫਾੜ ਦਿੱਤੇ ਜਾਂਦੇ ਨੇ। ਜਿਸ ਰੋਡ ਨਾਲ ਹਮਲਾ ਕੀਤਾ ਜਾਂਦਾ ਉਸ ਤੇ ਕਿੱਲਾਂ ਲੱਗੀਆਂ ਹੁੰਦੀਆਂ ਨੇ, ਜਿਸ ਕਾਰਨ ਦੋਵੇਂ ਪਿਓ ਪੁੱਤ ਦੇ ਸਿਰ ਫਟ ਜਾਂਦੇ ਨੇ। ਮੁੰਡੇ ਦਾ ਕਹਿਣਾ ਹੈ ਕਿ ਉਸਦੀ ਪਤਨੀ ਘਰ ਦਾ ਕੰਮ ਨਹੀਂ ਕਰਦੀ ਸੀ, ਜਿਸ ਕਾਰਨ ਉਸਨੂੰ ਬੋਲਿਆ ਗਿਆ ਤਾਂ ਉਹ ਰੋਣ ਲੱਗ ਗਈ ਅਤੇ ਜਦੋਂ ਮੁੰਡੇ ਨੇ ਉਸਦੇ ਪੇਕੇ ਘਰ ਫੋਨ ਕੀਤਾ ਤਾਂ ਕੁੜੀ ਦੀ ਸ਼ਿਕਾਇਤ ਕੀਤੀ ਤਾਂ ਉਹ ਜ਼ੋਰ ਜ਼ੋਰ ਨਾਲ ਰੋਣ ਲੱਗ ਗਈ ਅਤੇ ਜਦੋਂ ਉਸਦੇ ਪਿਤਾ ਨੇ ਆਪਣੀ ਕੁੜੀ ਦੀ ਰੋਣ ਦੀ ਆਵਾਜ਼ ਸੁਣੀ ਤੇ ਘਰ ਦੇ ਘਬਰਾ ਗਏ ਅਤੇ ਜਦੋਂ ਕੁੜੀ ਦੇ ਭਰਾ ਨੂੰ ਇਹ ਗੱਲ ਪਤਾ ਲੱਗੀ ਤਾਂ ਕੁੜੀ ਦਾ ਭਰਾ ਆਪਣੇ ਪਿਤਾ ਦੇ ਨਾਲ ਕੁੜੀ ਦੇ ਸਹੁਰੇ ਘਰ ਪਹੁੰਚਿਆ ਅਤੇ ਜਦੋਂ ਕੁੜੀ ਦਾ ਭਰਾ ਆਪਣੇ ਜੀਜੇ ਨਾਲ ਗੱਲ ਕਰ ਰਿਹਾ ਹੁੰਦਾ ਤਾਂ ਬਹਿਸ ਸ਼ੁਰੂ ਹੋ ਜਾਂਦੀ ਹੈ ਤੇ ਇਹ ਬਹਿਸ ਲੜਾਈ ਦੇ ਵਿੱਚ ਬਦਲ ਜਾਂਦੀ ਹੈ ਅਤੇ ਇੱਕ ਦੂਜੇ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲੇ ਕਰ ਦਿੱਤੇ ਜਾਂਦੇ ਨੇ, ਜਿਸ ਕਾਰਨ ਕੁੜੀ ਦੇ ਪਤੀ ਅਤੇ ਉਸਦਾ ਸਹੁਰਾ ਇਸ ਵਾਰਦਾਤ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਕੁੜੀ ਨਾਲ ਗੱਲ ਕੀਤੀ ਗਈ ਤਾਂ ਉਸਦਾ ਕਹਿਣਾ ਹੈ ਕਿ ਉਸਦਾ ਸਹੁਰਾ ਪਰਿਵਾਰ ਉਸਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਕੁੱਟਮਾਰ ਵੀ ਕਰਦਾ ਹੈ, ਜਿਸ ਕਾਰਨ ਉਸਦੇ ਘਰ ਦੇ ਉਸਦੇ ਸਹੁਰੇ ਘਰ ਆਏ ਅਤੇ ਇਹ ਘਟਨਾ ਵਾਪਰ ਗਈ। ਇਹ ਮਾਮਲਾ ਲੁਧਿਆਣਾ ਦੇ ਤਾਜ਼ਪੁਰ ਇਲਾਕੇ ਤੋਂ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਭਾਜੀ ਇਹ ਸੀਗਾ ਕਿ ਰਾਤੀ ਮੇਰੇ ਪਾਪਾ ਨੂੰ ਫੋਨ ਆਇਆ ਸੀ ਉਧਰੋਂ, ਤੇ ਉਧਰੋਂ ਕੋਈ ਬੋਲ ਨਹੀਂ ਰਿਹਾ ਸੀ, ਮੇਰੀ ਭੈਣ ਦੀ ਆਵਾਜ਼ ਆ ਰਹੀ ਸੀ ਪਿੱਛੋਂ ਰੋਣ ਦੀ। ਠੀਕ ਹੈ। ਤੇ ਇਹਨਾਂ ਨੇ ਹੈਲੋ ਹੈਲੋ ਕੀਤਾ, ਕੋਈ ਕੁਛ ਨਹੀਂ ਪਿੱਛੋਂ ਬੋਲਿਆ। ਤੇ ਜਦੋਂ ਫਿਰ ਅਸੀਂ ਅੱਕ ਕੇ ਮੇਰੇ ਪਾਪਾ ਨੇ ਕਈ ਵਾਰ ਫੋਨ ਕੀਤਾ, ਉਹਨਾਂ ਨੇ ਚੱਕਿਆ ਨਹੀਂ। ਫਿਰ ਐਂਡ 'ਚ ਜਾ ਕੇ ਅਸੀਂ ਰਾਤੀ 11 ਵਜੇ ਉਹਨਾਂ ਦੇ ਘਰ ਗਏ ਤੇ ਅਸੀਂ ਦੇਖਣਗੇ ਕਿ ਕੀ ਹੋਇਆ ਕੀ ਆ, ਰੋ ਕਿਉਂ ਰਹੀ ਹੈ, ਅਸੀਂ ਪੁੱਛਣ ਗਏ ਸੀਗੇ। ਤੇ ਜਦੋਂ ਉਹਦੇ ਘਰ ਗਏ ਤੇ ਜਿਹੜਾ ਉਹਦਾ ਘਰ ਵਾਲਾ ਸੀ ਮੇਰੀ ਸਿਸਟਰ ਦਾ, ਉਹ ਆ ਕੇ ਔਖਾ ਹੋ ਕੇ ਮੇਰੇ ਪਾਪਾ ਨਾਲ ਬੋਲਣ ਲੱਗ ਗਿਆ, ਬਦਤਮੀਜੀ ਕਰਨ ਲੱਗ ਗਿਆ, ਕੋਲਰ ਫੜ ਲਿਆ ਅਤੇ ਮੈਂ ਖੜਾ ਦੇਖ ਨਹੀਂ ਸਕਦਾ ਸੀ। ਉਸ ਤੋਂ ਬਾਅਦ ਹੱਥ ਬਾਈ ਸਾਡੇ ਦੋਨਾਂ ਵਿੱਚ ਹੋ ਗਈ। ਉਸ ਤੋਂ ਬਾਅਦ ਫਿਰ ਜਦੋਂ ਗਲੀ 'ਚ ਬਾਹਰ ਆਏ ਤੇ ਉਸ ਤੋਂ ਬਾਅਦ ਅਸੀਂ ਬਸ ਮੁਹੱਲੇ ਵਾਲੇ ਨੇ ਚਲੋ ਵਿੱਚ ਕੁਛ ਆਏ ਸੀਗੇ, ਉਹ ਰੋਕ ਰਹੇ ਸੀਗੇ, ਕੋਈ ਨਹੀਂ ਅਸੀਂ ਸਵੇਰੇ ਗੱਲ ਕਰਦੇ, ਅਸੀਂ ਚੱਲੇ ਹੀ ਸੀਗੇ ਪਰ ਪਿੱਛੋਂ ਉਹਨਾਂ ਨੇ ਹਮਲਾ ਕਰਤਾ। ਅੱਛਾ, ਵੀਡੀਓ ਦੇ ਵਿੱਚ ਦਿਖ ਰਿਹਾ ਕਿ 5 ਤੋਂ 7 ਨੌਜਵਾਨ ਹੈ, ਉਹ ਫੈਮਿਲੀ ਮੈਂਬਰ ਵੀ ਕਹਿ ਰਹੇ ਕਿ ਇਹਨਾਂ ਨੇ ਮੁੰਡੇ ਲਿਆ ਕੇ ਹਮਲਾ ਕੀਤਾ। ਮੁੰਡਾ ਕੋਈ ਨਹੀਂ ਸੀਗਾ, ਸਿਰਫ ਫੈਮਿਲੀ ਮੈਂਬਰ ਸੀਗੇ। ਉਸਦੀ ਮਾਤਾ ਤੇ ਤੁਸੀਂ ਡਾਂਗ ਮਾਰੀ? ਮਾਰੀ ਸੀਗੀ ਭਾਜੀ, ਪਰ ਉਹ ਤਾਂ ਮਾਰੀ ਸੀਗੀ ਕਿਉਂਕਿ ਮੇਰੇ ਫੈਮਿਲੀ ਤੇ ਹਮਲਾ ਪਿੱਛੋਂ ਕਰਨਾ ਸ਼ੁਰੂ ਕੀਤਾ ਸੀਗਾ, ਉਹ ਤਾਂ ਕਰਕੇ ਉਹ ਸਰੀਆ ਲੈ ਕੇ ਆਇਆ ਸੀਗਾ ਪਿੱਛੋਂ ਮੇਰੇ ਪਾਪਾ ਦੇ। ਜੇ ਮੈਂ ਨਾ ਰੋਕਦਾ ਉਹਨਾਂ ਦਾ ਸਿਰ ਖੁੱਲ ਜਾਣਾ ਸੀ। ਕੱਲ ਕੁਛ ਨਹੀਂ ਹੋਈ ਸੀ ਜੀ, ਮੇਰੀ ਘਰ ਵਾਲੀ ਤੇ ਮੰਮੀ ਦੀ ਥੋੜੀ ਸਵੇਰੇ ਬਹਿਸ ਹੋਈ ਸੀ, ਮੈਂ ਕੰਮ ਤੇ ਚਲਾ ਗਿਆ। ਕੰਮ ਤੋਂ ਜਦ ਵਾਪਸ ਆਇਆ ਤੇ ਮੰਮੀ ਕਹਿੰਦੇ ਕਿ ਇਹ ਸਵੇਰ ਦੇ ਜਿਹੜੀ ਬਹਿਸ ਹੋਈ ਤੇਰੇ ਸਾਹਮਣੇ, ਉਹ ਉਸ ਤੋਂ ਬਾਅਦ ਇਹਨੇ ਕੋਈ ਕੰਮ ਕੁੰਮ ਨਹੀਂ ਕੀਤਾ। ਮੈਂ ਕਿਹਾ ਚਲੋ ਕੰਮ ਨਹੀਂ ਕੀਤਾ, ਫਿਰ ਮੈਂ ਗੁੱਸੇ 'ਚ ਉਹਨੂੰ ਬੋਲਣ ਲੱਗਾ, ਮੈਂ ਗਾਲਾਂ ਕੱਢੀਆਂ, ਮਾਰਿਆ ਨਹੀਂ ਬਸ ਗਾਲਾਂ ਹੀ ਕੱਢੀਆਂ ਉਹਨੂੰ ਤੇ ਉੱਚੀ ਉੱਚੀ ਰੋਣ ਲੱਗੀ। ਮੈਂ 5-10 ਮਿੰਟ ਦੇਖਿਆ ਉਹ ਚੁੱਪ ਨਹੀਂ ਹੋਈ, ਫਿਰ ਉਸ ਤੋਂ ਬਾਅਦ ਮੈਂ ਉਹਦੇ ਡੈਡੀ ਨੂੰ ਫੋਨ ਕਰਤਾ। ਡੈਡੀ ਨੂੰ ਫੋਨ ਕੀਤਾ ਤੇ ਮੈਂ ਕਿਹਾ ਗੱਲ ਕਰ ਲਾ ਆਪਣੀ ਘਰ ਵਾਲੇ ਨੂੰ, ਉਹਨੇ ਗੱਲ ਨਹੀਂ ਕੀਤੀ। ਉਹਦੇ ਮੇਰੇ ਸਹੁਰੇ ਨੇ ਉਹਦੀ ਰੋਣ ਦੀ ਆਵਾਜ਼ ਸੁਣੀ ਉਸ ਤੋਂ ਬਾਅਦ ਉਹਨੇ ਫੋਨ ਕੱਟਤਾ। ਫੋਨ ਕੱਟਣ ਤੋਂ ਬਾਅਦ ਉਹਨਾਂ ਨੇ ਮੈਨੂੰ ਬੈਕ ਕਾਲ ਕੀਤੀ, ਬੈਕ ਕਾਲ ਮੈਂ ਚੱਕੀ ਨਹੀਂ। ਮੈਂ ਕਿਹਾ ਜਦ ਮੇਰੇ ਨਾਲ ਚੱਜ ਤਰੀਕੇ ਨਾਲ ਨਾ ਕਦੇ ਗੱਲ ਕੀਤੀ ਹੈ ਨਾ ਕਰੂਗਾ ਮੇਰੇ ਨਾਲ, ਮੈਂ ਤਾਂ ਗੱਲ ਨਹੀਂ ਕੀਤੀ ਉਹਦੇ ਨਾਲ। ਮੈਂ ਗੱਲ ਨਹੀਂ ਕੀਤੀ, ਫਿਰ ਉਹਨੇ ਮੇਰੇ ਕਿਰਾਏਦਾਰ ਨੂੰ ਫੋਨ ਕੀਤਾ ਕਿ ਮੇਰੀ ਗੱਲ ਕਰਾ ਦੇ। ਉਹਦਾ ਜਿਹੜਾ ਸਾਡਾ ਜਿਹੜਾ ਕਿਰਾਏਦਾਰ ਆ ਉਹਨਾਂ ਦਾ ਰਿਸ਼ਤੇਦਾਰ ਵੀ ਹੈ, ਉਹਨਾਂ ਨੂੰ ਫੋਨ ਕੀਤਾ ਕਿ ਮੇਰੀ ਕੁੜੀ ਨਾਲ ਗੱਲ ਕਰਾ। ਉਹਨੇ ਗੱਲ ਕਰਾਈ, ਉਹਨੇ ਤਾਂ ਵੀ ਗੱਲ ਕੀਤੀ ਮੇਰੇ ਨਾਲ, ਗੱਲ ਹੋਈ ਹੈ ਉਹਦੀ ਮੇਰੇ ਨਾਲ, ਗੱਲ ਹੋਈ ਹੈ ਕਿ ਕੀ ਗੱਲ ਹੋਈ ਹੈ। ਮੈਂ ਕਿਹਾ ਕੋਈ ਉਹਦਾ ਡਰਾਮਾ ਵਾ ਹਮੇਸ਼ਾ ਦਾ, ਕੋਈ ਕੰਮ ਕੁੰਮ ਨਹੀਂ ਕਰਦੀ ਪਈ ਹੈ, ਰੋਈ ਜਾ ਰਹੀ ਹੈ, ਆ ਹਰ ਹਫ਼ਤੇ ਹੁੰਦੀ ਰਹਿੰਦੀ ਹੈ, ਕੁਛ ਨਾ ਕੁਛ ਵੈਸੇ ਹੀ ਹੁੰਦੀ ਰਹਿੰਦੀ ਹੈ। ਕਹਿੰਦੇ ਅੱਛਾ ਇੱਦਾਂ ਗੱਲ ਹੈ,
ਫੋਨ ਕੱਟਿਆ ਜੀ 10 ਮਿੰਟ ਬਾਅਦ ਘਰੇ ਆ ਗਏ। ਘਰੇ ਆਉਂਦੇ ਸਰ ਜੀ ਇੱਥੇ ਉਹਨਾਂ ਨੇ ਡਾਂਗ ਡੂੰਗ ਲੁਕੋਈ ਗਿਆ ਉੱਧਰ ਸਾਈਡ 'ਤੇ। ਕੌਣ ਆਇਆ ਸੀਗਾ ਤੁਹਾਡੇ ਘਰੇ ਜਦੋਂ ਹਮਲਾ ਹੋਇਆ? ਦੋ ਸਾਲੇ ਮੇਰੇ, ਸੱਸ, ਸਹੁਰਾ ਅਤੇ 5-6 ਜਣੇ ਹੋਰ ਸੀਗੇ ਜਿਹੜੇ ਮੈਂ ਦੇਖੇ ਨਹੀਂ। ਉੱਧਰ ਸਾਈਡ 'ਤੇ ਮੋਟਰਸਾਈਕਲ ਲੱਗੇ ਸੀ, ਉਹਨਾਂ ਨੇ ਆਪਣੇ ਮੋਟਰਸਾਈਕਲ ਗਲੀ 'ਚ ਸਾਡੇ ਕੈਮਰੇ ਨਿਗਰਾਨੀ 'ਚ ਲੱਗੇ ਸੀਗੇ। ਅੱਛਾ, ਬਾਕੀ ਫਿਰ ਉਹਨਾਂ ਨੇ ਕੋਈ ਹਥਿਆਰ ਵੀ ਲੈ ਕੇ ਆਇਆ ਸੀ ਜਿਹੜਾ ਹਮਲਾ? ਹਥਿਆਰ ਜੀ ਕੋਈ ਜ਼ਿਆਦਾ, ਔਰ ਸੋਟੀ ਅਤੇ ਡਾਂਗ ਸੀ ਉਹਨਾਂ ਨੇ, ਅਤੇ ਇੱਕ ਉਹ ਚਖਾੜ ਸੀਗੀ, ਉਹ 'ਚ ਕਿੱਲ ਲੱਗੇ ਹੋਏ ਸੀਗੇ, ਉਹ ਜਿਹੜੇ ਮੇਰੇ ਡੈਡੀ ਦੇ ਮਾਰੇ ਸਿਰ 'ਤੇ ਉਹਨਾਂ ਨੇ, ਸਿਰ 'ਤੇ ਕਿੱਲ ਲੱਗੇ, ਹਾਂ, ਚਗਾਟ ਦੇ ਵਿੱਚ ਕਿੱਲ ਲੱਗੇ ਹੋਏ ਸੀਗੇ। ਟਾਂਕੇ ਲੱਗੇ ਡੈਡੀ ਦੇ, ਤਿੰਨ ਸਾਈਡ ਦੇ ਲੱਗੇ ਨੇ, 5-5 ਟਾਂਕੇ 3 ਸਾਈਡ ਦੇ ਲੱਗੇ ਨੇ, ਵਿਚਕਾਰ ਦੇ 2 ਸਾਈਡਾਂ ਦੇ। ਪ੍ਰਸ਼ਾਸਨ ਗਏ ਸੀ ਉਹਨਾਂ ਕੋਲ ਜੀ, ਉਹਨਾਂ ਨੂੰ ਵੀਡੀਓ ਵੀ ਦਿਖਾਈ ਹੈ, ਉਹ ਕਹਿੰਦੇ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਪਰਚਾ ਤੁਹਾਡਾ ਦਰਜ ਕਰਾਉਣਾ ਵਾ ਅਤੇ ਦੋਨਾਂ ਦੇ ਪਰਚੇ ਪੈਣੇ ਦੋਨਾਂ ਦੇ ਤੁਹਾਡੇ। ਮੈਂ ਕਿਹਾ ਮੈਂ ਸਾਡੇ ਤਾਂ ਘਰੇ ਆ ਕਹਿ ਰਹੇ ਹੋ ਬੱਚਾ ਹੋਣਾ, ਕਿਉਂਕਿ ਤੁਹਾਡੇ ਤਾਂ ਘਰ ਦੇ ਅੰਦਰ ਆ ਕੇ ਤੁਹਾਡੇ ਤੇ ਅਟੈਕ ਕੀਤਾ ਗਿਆ ਵਾ। ਉਹ ਤਾਂ ਕਹਿੰਦੇ ਜੀ ਕਿ ਉਹ ਕੁੜੀ ਵਾਲੇ ਹੈਗੇ ਆ, ਉਹਨਾਂ ਨੇ ਵੀ ਆਪਣਾ ਪਰਚੇ ਦਰਜ ਕਰਾਉਣਾ ਹੀ ਕਰਾਉਣਾ ਵਾ। ਘਰ ਦੇ ਮਤਲਬ ਮੇਰੀ ਸੱਸ ਹੈਗੀ ਆ ਜਿਹੜੀ, ਘਰ ਵਾਲੇ ਜਿੱਦਾਂ ਆਉਂਦੇ ਘਰੇ ਉਦੋਂ ਹੀ ਮਤਲਬ ਘਰ ਦੀ ਸਾਰੀ ਗੱਲ ਦੱਸਦੇ ਵੀ ਇਹ ਰੋਟੀ ਨਹੀਂ ਬਣਾਉਂਦੀ ਹੈ, ਕੁਛ ਨਹੀਂ ਕਰਦੀ, ਸਾਰਾ ਦਿਨ ਸੁੱਤੀ ਰਹਿੰਦੀ ਹੈ, ਅਤੇ ਇਹ ਸਾਰਾ ਕੰਮ ਮੈਂ ਕਰਦੀ ਹਾਂ, ਨਿਆਣੇ ਵੀ ਮੈਂ ਸਾਂਭਦੀ ਹਾਂ, ਇਹ ਕੁਛ ਨਹੀਂ ਕਰਦੀ ਹੈਗੀ ਆ, ਸੁੱਤੀ ਰਹਿੰਦੀ। ਪਰ ਲੇਕਿਨ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਆ, ਪਰ ਉਹ ਮੈਨੂੰ ਉਲਟਾ ਕੁਟਵਾਉਣ ਵਾਸਤੇ ਕਹਿੰਦੇ ਆ ਵੀ ਇਹ ਕੁਛ ਨਹੀਂ ਕਰਦੀ, ਪਰ ਕਰਦੀ ਮੈਂ ਹੀ ਹਾਂ ਸਾਰਾ ਕੁਛ, ਰੋਟੀ ਵੀ ਮੈਂ ਹੀ ਬਣਾਉਣੀ ਆ, ਕੱਪੜੇ ਵੀ ਧੋਣੇ, ਨਿਆਣੇ ਨੂੰ ਵੀ ਦੇਖਣਾ, ਮਾੜਾ ਸਭ ਕੁਛ ਕਰਨ ਤੋਂ ਬਾਅਦ ਕਹਿੰਦੇ ਸਿੱਧਾ ਹੀ ਝੂਠ ਵੀ ਇਹ ਕੁਛ ਨਹੀਂ ਕਰਦੀ ਹੈਗੀ, ਮੈਂ ਕੀਤਾ ਹੋਇਆ ਸਾਰਾ ਕੁਛ। ਅੱਛਾ, ਹੁਣ ਜਿਹੜੀ ਕੁੱਟਮਾਰ ਹੋਈ ਹੈ ਪਰਸੋਂ ਦੀ, ਪਰਸੋਂ ਦਾ ਕੀ ਮਾਮਲਾ, ਇਸੇ ਗੱਲ ਨੂੰ ਲੈ ਕੇ ਹੋਇਆ? ਹਾਂਜੀ ਹਾਂਜੀ, ਪਰ ਦੁਪਹਿਰੇ ਮੈਂ ਵੀ ਰੋਟੀ ਪਾਣੀ ਵੀ ਬਣਾਈ ਸੀ, ਸ਼ਾਮੀ ਮਾੜਾ ਕੰਮ ਸੱਸ ਨੇ ਕਿਹਾ ਵੀ ਮੈਂ ਘਿਓ ਬਣਾਉਣਾ, ਅਤੇ ਘਿਓ ਬਣਾਉਂਦੇ ਬਣਾਉਂਦੇ ਉਹਨਾਂ ਨੇ ਸਬਜ਼ੀ ਬਣਾ ਲਈ, ਅਤੇ ਘਰ ਵਾਲਾ ਆਇਆ ਉਦੋਂ ਹੀ ਕਹਿੰਦੇ ਵੀ ਇਹਨੇ ਸਬਜ਼ੀ ਨਹੀਂ ਬਣਾਈ, ਮੈਂ ਅੱਜ ਰੋਟੀ ਬਣਾਈ ਆ, ਇਹਨੇ ਕੁਛ ਨਹੀਂ ਕੀਤਾ ਹੈਗਾ, ਉਹ ਕਹਿੰਦੇ ਕਿ ਵੀ ਤੂੰ ਨਹੀਂ ਕੁਛ ਕੀਤਾ, ਬਸ ਇਹਨੇ 'ਚ ਕੁੱਟਣ ਲੱਗ ਗਏ ਮੈਨੂੰ। ਕਹਿੰਦਾ ਮਤਲਬ ਤੁਹਾਡੀ ਜਿਹੜੀ ਸੱਸ ਹੈ ਉਹੀ ਜਿਹੜੇ ਤੁਹਾਡੇ ਹਸਬੈਂਡ ਆ ਉਹਨੂੰ ਕਹਿੰਦੇ ਵੀ ਕੰਮ ਨਹੀਂ ਕਰਦੇ ਆ ਕੇ, ਇਸ ਗੱਲ ਨੂੰ ਲੈ ਕੇ ਜਿਹੜਾ ਤੁਹਾਡੇ ਨਾਲ ਲੜਦਾ? ਹਾਂਜੀ, ਤੇ ਇਸ ਪਹਿਲਾਂ ਵੀ ਕਦੇ ਇਹ? ਪਹਿਲਾਂ ਨਹੀਂ, 7 ਸਾਲ ਹੋ ਗਏ ਇੱਦਾਂ ਹੀ ਕਰਦੇ ਨੇ। ਅੱਛਾ, ਲਗਾਤਾਰ? ਹਾਂਜੀ। ਚੰਗੀ ਤਰ੍ਹਾਂ ਰੱਖਾਂਗੇ ਕੁੜੀ ਨੂੰ, ਵੀ ਸਭ ਕੁਛ ਦੇਵਾਂਗੇ ਲਵਾਂਗੇ, ਕੋਈ ਪਰੇਸ਼ਾਨੀ ਨਹੀਂ ਕਰਾਂਗੇ ਤੁਹਾਡੀ ਕੁੜੀ ਨਾਲ। ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਦੋਂ ਮੁੰਡੇ ਨੇ ਕਿਹਾ ਕਿ ਮੈਂ ਘਰੇ ਆਇਆ, ਕੁੜੀ ਜਿਹੜੀ ਸੁੱਤੀ ਹੋਈ ਸੀ, ਮੈਂ ਕਿਹਾ ਕੰਮ ਨਹੀਂ ਕਰਦੀ ਪਈ, ਮੇਰੀ ਗੱਲ ਮੈਂ ਸੁੱਤੀ ਨਹੀਂ ਸੀਗੀ। ਇੱਕ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਫੋਨ ਕਰਕੇ ਤੁਸੀਂ ਸੱਦਿਆ, ਤਾਂ ਉਸ ਤੋਂ ਬਾਅਦ ਜਿਹੜਾ ਆ ਕੇ ਹਮਲਾ ਕੀਤਾ ਉਹਨਾਂ? ਅਸੀਂ ਮੈਨੂੰ ਸੌ ਵੀ ਖਾਣ ਨੂੰ ਤਿਆਰ ਹਾਂ, ਮੈਂ ਫੋਨ ਨਹੀਂ ਕੀਤਾ। ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕੋਈ ਕੰਮ ਨਹੀਂ ਕੀਤਾ, ਮੈਂ ਕਿਹਾ ਮੈਂ ਕੀਤਾ, ਕਹਿੰਦੇ ਤੂੰ ਜ਼ਿਆਦਾ ਨਾ ਬੋਲ, ਮੈਂ ਤੈਨੂੰ ਹੁਣੇ ਮਾਰ ਦਾਂਗਾ, ਤੂੰ ਜਿੰਨਾ ਬੋਲੇਂਗੀ ਮੈਂ ਤੈਨੂੰ ਮਾਰਾਂਗਾ। ਮੈਂ ਇਸ ਤੋਂ ਇਨਸਾਫ ਦੀ ਮੰਗ ਕਰਦਾ, ਮੈਨੂੰ ਬਸ ਇਹੀ ਇਨਸਾਫ ਚਾਹੀਦਾ, ਮੇਰੇ ਦੋਨੋਂ ਨਿਆਣੇ ਰੱਖੇ ਹੋਏ ਇਹਨਾਂ ਨੇ, ਦੋਨੇ ਨਿਆਣੇ ਰੱਖੇ ਹੋਏ ਇਹਨਾਂ ਨੇ। ਹਾਂਜੀ, ਨਹੀਂ ਹੁਣ ਤੁਸੀਂ ਇੱਥੇ ਆਏ, ਹੁਣ ਕੀ ਕਹਿੰਦੇ ਆ, ਕੀ ਗੱਲਬਾਤ ਹੋਈ ਹੈ, ਕੁਛ ਹੋਈ ਹੈ? ਉੱਥੇ ਮਾਰਧਾੜ ਹੋਈ ਸੀ, ਉਸ ਤੋਂ ਬਾਅਦ ਕੁਛ ਨਹੀਂ ਹੋਇਆ, ਪਰ ਹੁਣ ਮੈਂ ਉਹਨਾਂ ਕੋਲ ਨਹੀਂ ਜਾਣਾ। ਠੀਕ, ਇਹਦਾ ਜੀ ਇਹ ਹਸਬੈਂਡ ਵਾਈਫ ਦਾ ਲੜਾਈ ਝਗੜਾ ਸੀ ਆਪਸ ਦੇ ਵਿੱਚ, ਅਤੇ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਡਿਸਪਿਊਟ ਆਪਸ 'ਚ ਹੋਇਆ, ਉਹਨਾਂ ਦੇ ਦੱਸਣ ਮੁਤਾਬਕ, ਅਤੇ ਜਿਸ 'ਤੇ ਕਿ ਲੜਕੇ ਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਦੇ ਘਰ ਆ ਕੇ ਕੁੱਟਮਾਰ ਕੀਤੀ ਗਈ ਹੈ। ਉਹਨਾਂ ਹਥਿਆਰ ਤਾਂ ਉਹਨਾਂ ਨੇ ਨਹੀਂ ਦੱਸਿਆ, ਡੰਡੇ ਦੱਸੇ ਕਿ ਡੰਡਿਆਂ ਦੇ ਨਾਲ ਆਏ ਸੀ, ਅਤੇ 5-6 ਹੈਗੇ ਸੀ, ਉਹਦਾ ਸੱਸ ਸੀ, ਆਪਣਾ ਸਹੁਰਾ, ਅਤੇ ਉਹਨਾਂ ਦੇ ਸਾਲਾ ਸਾਹਿਬ, ਅਤੇ ਨਾਲ ਇੱਕ ਦੋ ਅਨਨੋਨ ਬੰਦੇ ਹੋਰ ਸੀ। ਅਤੇ ਸਰ ਕੁਛ ਪਤਾ ਲੱਗਿਆ ਵੀ ਇਹ ਕਾਰਨ ਕੀ ਸੀ ਲੜਾਈ ਦਾ ਕੀਤਾ?
ਕਾਰਨ ਜੋ ਉਹਦਾ ਦੱਸਣ ਮੁਤਾਬਕ ਤਾਂ ਇਹੀ ਹੈ ਕਿ ਕੋਈ ਘਰੇਲੂ ਕੋਈ ਲੜਾਈ ਝਗੜਾ ਹੋਣਾ ਹੈ ਅਤੇ ਬੱਚੀ ਨੇ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕਰਤਾ ਅਤੇ ਜਿਸ ਦੇ ਆਏ ਹੋਣੇ ਕਹਿਣ 'ਤੇ ਗੱਲਬਾਤ ਕਰਨ ਆਏ ਹੋਣੇ ਅਤੇ ਜਿਸ ਦੌਰਾਨ ਉਹਨਾਂ ਦੀ ਲੜਾਈ ਝਗੜਾ ਆਪਸ 'ਚ ਹੋ ਗਿਆ। ਜਿਹੜੇ ਨੌਜਵਾਨ ਆਏ ਸੀਗੇ ਨਾਲ, ਉਹਨਾਂ ਦਾ ਕੀ ਨਾਮ ਹੈ, ਕਿੱਥੇ ਦੇ ਰਹਿਣ ਵਾਲੇ? ਉਹ ਜਾਂ ਅਨਨੋਨੀਆ ਜੀ, ਉਹ ਦੌਰਾਨੇ ਤਫਤੀਸ਼ ਪਤਾ ਲੱਗੂਗਾ। ਅਤੇ ਸਰ ਇਹ ਵੀ ਘਰ ਦੇ ਵਿੱਚ ਆ ਕੇ ਬਜ਼ੁਰਗ ਜਿਹੜੀ ਮਾਂ ਨੂੰ ਕੁੱਟਣਾ ਅਤੇ ਮੁੰਡੇ ਨੂੰ ਕੁੱਟਣਾ, ਸਰ ਕੀ ਬਣਦੀ ਕਾਰਵਾਈ ਜਿਹੜੀ ਇਹਨਾਂ 'ਤੇ? ਬਿਲਕੁਲ ਬਿਲਕੁਲ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ, ਐਮ ਐਲ ਆਰ ਦੇ ਆਧਾਰ 'ਤੇ ਅਤੇ ਉਹਦੇ ਬੈਨ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਠੀਕ ਹੈ।